ਮੋਗਾ ਦੇ ਵਿੱਚ ਵਿਕ ਰਹੀਆਂ ਧੜੱਲੇ ਦੇ ਨਾਲ ਨਸ਼ੇ ਦੀਆਂ ਦਵਾਈਆਂ ਨੂੰ ਰੋਕਣ ਦੇ ਲਈ ਹੁਣ ਰੂਰਲ ਐਨਜੀਓ ਨੇ ਸਟਿੰਗ ਕਰਕੇ ਐਸਐਸਪੀ ਨੂੰ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ। ਅੱਜ ਸ਼ਾਮ ਨੂੰ ਦਿੱਤੀ ਗਈ ਐਸਐਸਪੀ ਮੋਗਾ ਨੂੰ ਸ਼ਿਕਾਇਤ ਦੇ ਆਧਾਰ ਤੇ ਮੋਗਾ ਦੇ ਡਰੱਗ ਇੰਸਪੈਕਟਰ ਅਤੇ ਪੁਲਿਸ ਨੇ ਇਕੱਠੇ ਮਿਲ ਕੇ ਪੰਜਾਬ ਮੈਡੀਕਲ ਸਟੋਰ ਤੇ ਛਾਪੇਮਾਰੀ ਕਰਕੇ ਡਰੱਗ ਵਿਭਾਗ ਨੂੰ ਲੱਖਾਂ ਰੁਪਏ ਦੀ ਬਿਨਾਂ ਬਿੱਲ ਦੀ ਅਤੇ ਬੈਨ ਕੀਤੀ ਗਈ ਦਵਾਈਆਂ ਮਿਲੀਆਂ ਨੇ ਜਿਨ੍ਹਾਂ ਨੂੰ ਨਸ਼ੇ ਦੇ ਲਈ ਵੇਚਿਆ ਜਾਣਾ ਸੀ। ਖਬਰ ਭੇਜਣ ਤੱਕ ਵਿਭਾਗ ਦੀ ਕਾਰਵਾਈ ਚੱਲ ਰਹੀ ਸੀ। ਬਾਗਾ ਪੁਰਾਣਾ, ਮੈਂ ਐਨ ਜੀ ਓ ਮੈਂ ਕਾਮ ਕਰਤਾ ਹੂੰ, 14-15 ਸਾਲ ਹੋ ਗਏ ਮੁਝੇ ਚਾਰ ਪਾਂਚ ਸਾਲ ਦਿਨ ਸੇ ਪਿਛਲੇ ਸ਼ਿਕਾਇਤ ਮਿਲ ਰਹੀ ਥੀ ਕਿ ਯਹਾਂ ਪੇ ਕਾਫੀ ਮਤਲਬ ਮੈਡੀਕਲ ਵਿਕ ਰਹਾ ਹੈ ਔਰ ਨਸ਼ਾ ਵਿਕ ਰਹਾ ਹੈ। ਜੋ ਰੇਡ ਮਤਲਬ ਜੋ ਸ਼ਿਕਾਇਤਾਂ ਮਿਲ ਰਹੀ ਥੀ ਵੋ ਪੇਰੈਂਟਸ ਕੀ ਤਰਫ ਸੇ ਮਿਲ ਰਹੀ ਥੀ, ਤਬ ਮੈਨੇ ਜਬ ਦੇਖਾ ਕਿ ਮਤਲਬ ਉਨਕਾ ਪੀਛਾ ਕੀਆ ਜੋ ਮਤਲਬ ਨਸ਼ੇ ਹੀ ਯਹਾਂ ਪਰ ਆਤੇ ਥੇ, ਤੋ ਜਬ ਮੈਨੇ ਉਨਕਾ ਪੀਛਾ ਕਰਕੇ ਦੇਖਾ ਤੋ ਯਹਾਂ ਪੇ ਆਕੇ ਵੋ ਡਰੱਗ ਲੇਤੇ ਥੇ, ਤੋ ਮੈਨੇ ਵੀ ਇੱਕ ਸਟਿੰਗ ਕੀਆ ਇਨਕਾ ਸਟਿੰਗ ਕਰਕੇ ਜਬ ਮੈਨੇ ਇਨਸੇ ਮਾਂਗਾ, ਮੇਰੇ ਦੋਸਤ ਨੇ ਮਾਂਗਾ ਕਿ ਭਾਈ ਦੋ ਸ਼ੀਸ਼ੀ ਚਾਹੀਏ, ਮਤਲਬ ਜੈਸੇ ਉਹ ਮਾਂਗਤੇ ਥੇ ਵੈਸੇ ਹੀ ਉਹਨੇ ਮਾਂਗਾ, ਤੋ ਇਹਨੇ ਦੋ ਸ਼ੀਸ਼ੀ ਦੇ ਦੀ ਔਰ ਜਬ ਮੈਨੇ ਇਹ ਦੇਖਾ ਤੋ ਉਸਕੇ ਬਾਅਦ ਮੈਂ ਵੈਸੇ ਹੀ ਚਲਾ ਗਿਆ। ਉਸਕੇ ਬਾਅਦ ਮੈਂ ਐਸ ਐਸ ਪੀ ਸਾਹਿਬ ਕੇ ਪਾਸ ਗਿਆ ਔਰ ਆਜ ਦੁਪਹਿਰ ਕੋ ਐਸ ਐਸ ਪੀ ਸਾਹਿਬ ਕੇ ਪਾਸ ਗਿਆ ਔਰ ਮੈਨੇ ਕਿਹਾ ਯੇ ਦੇਖੀਏ ਆਪਕੇ ਯਹਾਂ ਯੇ ਕੁਛ ਹੋ ਰਹਾ ਹੈ। ਜਬ ਉਹਨੇ ਦੇਖਾ ਤੋ ਇੱਕ ਸਪੈਸ਼ਲ ਟੀਮ ਉਹਨੇ ਯਹਾਂ ਪਰ ਭੇਜੀ ਮੇਰੇ ਸਾਥ ਔਰ ਮੇਰੇ ਸਾਥ ਭੇਜ ਕਰ ਉਹਨਾਂ ਨੇ ਯੇ ਰੇਡ ਕਰਵਾਈ ਔਰ ਜਬ ਰੇਡ ਕਰਵਾਈ ਤੋ ਆਪਣੇ ਦੇਖਾ ਕਿ 7-7.5 ਕਰੀਬ ਸ਼ੀਸ਼ੀ ਮਿਲ ਰਹੀ ਹੈ ਔਰ ਕਾਫੀ ਕੁਛ ਮਿਲ ਰਿਹਾ ਹੈ। ਤੋ ਆਪਣੇ ਯਹਾਂ ਪੇ ਕਿਆ ਕੌਨ ਸੀ ਦਵਾਈ ਮੰਗੀ? ਮੈਨੇ ਯਹਾਂ ਪੇ ਮਤਲਬ ਸ਼ੀਸ਼ੀ ਮੰਗੀ ਥੀ, ਉਸਨੇ ਮੇਰੇ ਜੋ ਸਾਥੀ ਥੀ ਮੇਰਾ ਸਾਥੀ ਥਾ ਉਸਕੋ ਮਤਲਬ ਪਤਾ ਥਾ ਕੈਸੇ ਮੰਗਨੀ ਹੈ, ਮੈਂ ਤੋ ਸਾਈਡ ਪੇ ਖੜਾ ਸਟਿੰਗ ਕਰ ਰਹਾ ਥਾ ਉਨਕਾ, ਮੈਨੇ ਸਾਈਡ ਪੇ ਖੜਕੇ ਸਟਿੰਗ ਕੀਆ ਤੋ ਦੇਖਾ ਵੋ ਮਤਲਬ ਐਸੇ ਲੇ ਕੇ ਆਇਆ ਔਰ ਲਾ ਕਰ ਪੀਛੇ ਸੇ ਲਾਤਾ ਹੈ ਔਰ ਮੇਰੇ ਖੜੇ ਖੜੇ ਦੇਖਾ ਮੈਨੇ ਕਿ 7-8 ਲੋਕੋ ਨੇ ਔਰ ਐਸੇ ਹੀ ਸ਼ੀਸ਼ੀਆਂ ਲੇ ਰਹਾ ਹੈ, ਐਸੇ ਸ਼ੀਸ਼ੀਆਂ ਆਮ ਹੀ ਦੇ ਰਹਾ ਹੈ ਯੇ ਲੋਕੋ ਕੋ। ਜਬ ਯੇ ਇੱਕ ਆਦਮੀ ਨੇ ਤੋ ਐਸਾ ਕਿਹਾ ਕਿ ਮੁਝੇ ਗਲਾਸ ਮੇ ਡਾਲ ਕੇ ਦੇ ਦੋ, ਤੋ ਉਸਨੇ ਇਸਨੇ ਗਲਾਸ ਮੇ ਡਾਲ ਕੇ ਦੇ ਦੀ ਯਹੀਂ ਪਰ ਪੀ ਕੇ ਚਲਾ ਗਿਆ, ਇਤਨਾ ਬੁਰਾ ਹਾਲ ਹੈ, ਇਸਨੇ ਹੱਥ ਤਾਂ ਖੋਲ ਰੱਖਾ ਹੈ। ਤੋ ਯੇ ਸਭ ਜੋ ਆਪਨੇ ਵੀਡੀਓ ਬਣਾਈ ਉਸਮੇ ਆਇਆ? ਹਾਂ ਇਸਮੇ ਆਇਆ, ਇਸਨੇ ਮਤਲਬ ਸ਼ੀਸ਼ੀ ਖੋਲ ਕੇ ਦੇ ਰਹਾ ਹੈ ਔਰ ਵੋ ਪੀ ਰਹਾ ਹੈ, ਐਸੇ ਆਇਆ, ਮਤਲਬ ਪੀਨੇ ਕੀ ਨਹੀਂ ਆ ਰਹੀ, ਗਲਾਸ ਮੇ ਡਾਲਨੇ ਕੀ ਆ ਰਹੀ ਹੈ। ਤੋ ਆਪ ਕੌਨ ਸੀ ਐਨ ਜੀ ਓ ਚਲਾਤੇ ਹੋ? ਮੈਂ ਐਨ ਜੀ ਓ ਰੂਰਲ ਐਨ ਜੀ ਓ ਡਿਸਟ੍ਰਿਕਟ ਮੋਗਾ ਮੋਗਾ ਮੈਂ। ਤੋ ਮੋਗਾ ਕੀ ਸ਼ਿਕਾਇਤ ਦੀ ਆ, ਕਹੀਂ ਔਰ ਕੀ ਦੀ ਆ ਆਪਕੋ? ਕੈਸੇ ਸ਼ਿਕਾਇਤ ਜੋ ਲੋਕੋ ਨੇ ਕੀ ਹੈ ਆਪਕੋ ਮੋਗਾ ਕੀ? ਨਹੀਂ ਮੈਂ ਮੁਝੇ ਬਾਗਾ ਪੁਰਾਣਾ ਬਲਾਕ ਕੇ ਰਾਜਿਆਣਾ ਸਮਾਲਸਰ ਔਰ ਬਾਗਾ ਪੁਰਾਣਾ ਕੇ ਪੇਰੈਂਟਸ ਸੇ ਉਹਨੇ ਕੀ ਥੀ ਮੁਝੇ ਕਿ ਯੇ ਐਸਾ ਹੋ ਰਹਾ ਹੈ, ਤੋ ਮੈਨੇ ਆ ਕਰ ਪੀਛਾ ਕਰਕੇ ਦੇਖਾ ਤੋ ਐਸਾ ਕੁਛ ਹੋ ਰਹਾ ਥਾ। ਤੋ ਯੇ ਆਜ ਹੀ ਕੀਆ ਜਾਂ ਇਸਸੇ ਪਹਿਲੇ ਵੀ ਐਸਾ? ਯੇ ਮੈਨੇ 3-4 ਦਿਨ ਪਹਿਲੇ, ਮੇਰੇ ਨਿਗਾਹ ਮੈਂ ਔਰ ਵੀ 3-4 ਮੈਡੀਕਲ ਸਟੋਰ ਹੈ, ਮੈਂ ਉਨਕੋ ਵੀ ਕਹਿਣਾ ਚਾਹਤਾ ਹੂੰ ਕਿ ਹੱਥ ਜੋੜ ਕਰ ਬੇਨਤੀ ਹੈ ਕਿ ਲੋਕੋ ਕਾ ਭਵਿਸ਼ਯ ਖਰਾਬ ਮਤ ਕਰੇ, ਬੱਚੋ ਕਾ ਭਵਿਸ਼ਯ ਖਰਾਬ ਮਤ ਕਰੇ, ਆਪਕੀ ਵੀ ਰਿਸਪੋਂਸੀਬਿਲਟੀ ਬਣਤੀ ਹੈ, ਆਪ ਵੀ ਪੰਜਾਬ ਕੇ ਨਾਗਰਿਕ ਹੋ ਔਰ ਨਹੀਂ ਅਗਰ ਉਹ ਨਹੀਂ ਸੁਧਰੇਗੇ ਤੋ ਮੈਂ ਉਨਕੇ ਸਾਥ ਵੀ ਐਸੇ ਹੀ ਹੋਗਾ। ਪੰਜਾਬ ਮੈਡੀਕੋਜ਼ ਹੈ ਬੰਦ ਫਾਟਕ ਰੋਡ, ਵਹਾਂ ਪਰ ਹਮਨੇ ਰੇਡ ਕੀ ਹੈ, ਉਸਮੇ ਸੇ ਹਮ ਅਭੀ ਤੋ ਕਾਊਂਟ ਕਰ ਰਹੇ ਹੈਂ ਬੈਠੇ, ਕੋਡੀਨ ਮਿਲੀ ਹੈ ਮੋਸਟਲੀ, ਡਾਈਫਨੋਕਸੀਲੇਟ, ਟਰਾਮਾਡੋਲ, ਬਸ ਬਾਕੀ ਅਭੀ ਕਾਊਂਟਿੰਗ ਚੱਲ ਰਹੀ ਹੈ, ਸੈਂਪਲਸ ਲੈ ਲੇਂਗੇ, ਮਤਲਬ ਫੁੱਲ ਕੁਆਂਟਿਟੀ ਤੋਂ ਬਾਅਦ ਮੈਂ ਕਹਿੰਦਾ ਸੀ। ਅਪਰੋਕਸੀਮੇਟਲੀ ਕਿਤਨੀ ਕੁਆਂਟਿਟੀ ਹੋਗੀ? 14 ਟਾਈਪ ਕੀ ਤੱਕ ਤੋ ਅਭੀ ਤੱਕ ਕਰ ਰਹੀ ਹੂੰ, ਇਸਸੇ ਜ਼ਿਆਦਾ ਵੀ ਹੈ। 14 ਕਿਤਨੀ? 14 ਟਾਈਪਸ ਆਫ ਐਲੋਪੈਥਿਕ ਡਰੱਗਸ ਰਿਕਵਰਡ ਕੀ ਹੈ ਅਭੀ ਤੱਕ ਤੋ, ਉਸਸੇ ਜ਼ਿਆਦਾ ਵੀ ਹੈ ਕੁਆਂਟਿਟੀ। ਤੋ ਯੇ ਸਾਰੀ ਡਰੱਗ ਜੋ ਨਸ਼ੇ ਮੇ ਯੂਜ਼ ਹੋਤੀ ਹੈ? ਵਿਦਆਊਟ ਬਿੱਲ ਹੈ, ਕੋਡੀਨ ਹੈ, ਵੋ ਤੋ ਐਲਪ੍ਰਾਜ਼ੋਲਮ ਹੈ, ਹੈ ਨਸ਼ੇ ਦੀ। ਤੋ ਵੀ ਵਿਭਾਗ ਕੀ ਤਰਫ ਸੇ ਕੀ ਕਰ ਰਹੀ ਹੈ? ਵੋ ਅਭੀ ਤੋ ਕਰੇਂਗੇ, ਸੈਂਪਲ ਲੇਂਗੇ, ਸੈਂਪਲ ਭੇਜੇਂਗੇ ਟੈਸਟਿੰਗ ਕੇ ਲੀਏ, ਬਾਕੀ ਵੋ ਕਾਰਵਾਈ ਸਾਰੀ ਉੱਪਰ ਹਾਇਰ ਅਥਾਰਟੀਜ਼ ਕਰੇਂਗੇ। ਨਹੀਂ ਯੇ ਜੋ ਡਰੱਗ ਪਕੜੀ ਹੈ ਯੇ ਵਿਦਆਊਟ ਬਿੱਲ ਹੈ ਜਾਂ ਇਸਮੇ ਕੋਈ ਨਸ਼ੇ ਕੇ ਲੀਏ ਵੀ ਯੂਜ਼ ਹੋਤੀ ਹੈ? ਵਿਦਆਊਟ ਬਿੱਲ ਵੀ ਹੈ ਔਰ ਜੋ ਹਮਾਰਾ ਡਿਪਾਰਟਮੈਂਟ ਪਰਮਿਸ਼ਨ ਨਹੀਂ ਦੇਤਾ ਇਨਕੋ, ਕੋਡੀਨ ਕੀ, ਡਾਈਫਨੋਕਸੀਲੇਟ ਕੀ, ਪੈਂਟਾਜ਼ੋਸਿਨ ਕੀ, ਵੋ ਵੀ ਮਿਲੀ ਹੈ ਹਮੇ, ਉਸਕੋ ਵੀ ਹਮ ਸੀਜ਼ ਕਰੇਂਗੇ। ਤੋ ਦੁਕਾਨਦਾਰ ਪਰ ਕਿਆ ਕਾਰਵਾਈ ਹੋ ਸਕਤੀ ਹੈ?
कार्रवाई ये कि हम तो अपनी तरफ से सीज कर लेंगे, सैंपल्स ले लेंगे, फिर हायर अथॉरिटीज को भेज देंगे सारी रिपोर्ट। तो मैम आपकी जो आज की रेड है ये आपके डिपार्टमेंट की तरफ से या पुलिस को भी साथ में लिया? साथ में लिया, पुलिस को साथ में लिया हमने। मोगा तो हरपाल सिंह की रिपोर्ट, जगत सेवक वेब टीवी।